ਹਾਂਜੀ ਯਾਰ, ਕੀ ਹਾਲ ਚਾਲ ਹਰ ਦੋਸਤਾਂ ਮਿੱਤਰਾਂ ਦਾ? ਉਮੀਦ ਕਰ ਤੁਸੀਂ ਠੀਕ ਠਾਕ ਹੋਵੋਗੇ, ਤੁਹਾਡੇ ਜਾਨਵਰ ਵੀ ਸੈੱਟ ਵੈੱਟ ਹੋਣਗੇ। ਅਤੇ ਲਓ ਜੀ, ਅੱਜ ਨਾ ਲੰਡੇ ਹੋਣੀ ਕੱਢ ਤੇ ਬਾਹਰ ਆ ਵੀ ਤੁਹਾਨੂੰ ਦਿਖਾਉਂਦਾ ਮੈਂ, ਅਤੇ ਨਾਲ ਆਪਣੇ ਕੈਮਰਾਮੈਨ ਗੋਰੀ ਬਾਈ ਇੱਧਰ। ਇਹ ਨਾ ਮੈਂ ਤਾਂ ਕੱਢੇ ਆ ਕਿਉਂਕਿ ਨਾ ਇਹਨਾਂ ਦੀ ਮਿੱਟੀ ਸੀਗੀ ਗਿੱਲੀ, ਆ ਦੇਖੋ ਹੁਣ ਤਾਂ ਸੁੱਕ ਗਈ ਆ, ਉਹਦੇ ਬੱਚੇ ਵੀ ਇਹਨਾਂ ਦੀ ਇੱਥੇ ਆ, ਅਤੇ ਉੱਤੇ ਬੋਰੀ ਪਾ ਦਿੱਤੀ ਹੈ, ਥੋੜ੍ਹੇ ਟਾਈਮ ਤੱਕ ਆਪਾਂ ਅੰਦਰ ਕਰਦੇ, ਨਾਲੇ ਨਾ ਸਫਾਈ ਕਰਨੀ ਸੀਗੀ ਤਾਂ ਕਰਕੇ ਕੱਢੇ ਸੀ, ਕਣਕ ਜੀ ਡਰਾਮ 'ਚ ਪਾਈ ਸੀਗੀ ਤਾਂ ਕਰਕੇ। ਬਾਕੀ ਤੁਹਾਨੂੰ ਖਿਲਾਰਾ ਦਿਖਾ ਦਿੰਦੇ ਬਾਅਦ 'ਚ, ਚੱਕ ਦਿੰਦੇ ਹਾਂ। ਆਹ ਦੇਖੋ ਚਲੋ ਗਾਇਸ, ਉੱਪਰ ਚੱਲਦੇ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਮਾਹੌਲ ਉੱਪਰਲਾ। ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ, ਹਾਲੇ ਵੀ ਕੋਈ ਫਰਕ ਨਹੀਂ ਪਿਆ, ਮੀਂਹ ਹੋ ਗਏ ਪੈਂਦੇ ਨੂੰ ਬਾਬਾ ਤਿੰਨ ਚਾਰ ਦਿਨ, ਅਸੀਂ ਸੋਚਿਆ ਮਾਹੌਲ ਠੰਡਾ ਹੋ। ਅਤੇ ਆਹ ਕਰੋ ਚੈੱਕ ਵੀ ਸ਼ੌਂਕ, ਛੋਟੇ ਬੱਚੇ ਸਾਰੇ ਇੱਧਰ ਬੈਠੇ ਆ, ਜਾਲ 'ਚ ਪਾਤੇ ਆਪਾਂ ਬਾਬਾ, ਸਵੇਰ ਦੀ ਪਾਏ ਵੇ ਵੈਸੇ ਤਾਂ। ਇਹ 'ਚ ਛੁਰਲੀ ਕਿਹੜਾ? ਛੁਰਲੀ ਅੰਦਰ ਆ। ਅੱਛਾ, ਛੁਰਲੀ ਵੀ ਸੁਣਦੇ ਹੋਣਗੇ। ਹਾਂ ਦੇਖੋ ਗਾਇਸ, ਛੁਰਲੀ ਇੱਧਰ ਖੁੱਡੇ 'ਚ, ਨਾਲੇ ਬਾਕੀ ਭਾਪੇ ਨੇ ਵੀ ਜਾਨਵਰ ਪਾਏ ਹੋਏ ਆ। ਉਹ ਦੋ ਜੋੜੇ ਨਾ ਇੱਧਰੋਂ ਆਪਾਂ ਚੱਕ ਕੇ ਇੱਧਰਲੇ ਖੁੱਡੇ ਛੱਡਤੇ, ਇੱਕ ਤੁਹਾਨੂੰ ਮੇਰੇ ਹਿਸਾਬ ਨਾਲ ਕੱਲ੍ਹ ਵੀ ਕੱਲ੍ਹ ਦਿਖਾਇਆ ਸੀ, ਪਰ ਦੋਨੇ ਦਿਖਾਉਣਾ ਤੁਹਾਨੂੰ। ਆਂਡੇ ਯਾਰ ਉਹ ਕੀ ਕਰੀ ਜਾਂਦੇ ਰਹਿੰਦੇ, ਮੈਨੂੰ ਤਾਂ ਇਹਨਾਂ ਦੀ ਸਮਝ ਲੱਗਦੀ। ਇਹ ਆਹ ਦੇਖੋ ਇੱਧਰ ਕਬੂਤਰੀ ਥੱਲੇ ਜਿਹੜਾ ਬੱਚਾ ਸੀਗਾ ਉਹ ਤਾਂ ਠੈਠਾ, ਆਹ ਵੀ ਖਿਲਾਰੀ ਬੈਠੇ ਯਾਰ ਆਂਡੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਰਦੇ ਕੀ ਆ। ਕਬੂਤਰੀ ਜੀ ਕਿੱਧਰ ਗਈ ਇਹ? ਆਹ ਬੈਠੀ ਇੱਧਰ, ਆ ਜਾ ਆਂਡੇ ਸਾਂਭ, ਇਹ ਕੁੰਡੇ 'ਚ ਰੱਖਣੇ ਪੈਣੇ ਯਾਰ, ਮੈਨੂੰ ਕੁੰਡਾ ਦੇ ਦਾਂਗੇ ਬਾਅਦ 'ਚ ਇਹਨਾਂ ਨੂੰ, ਉਹਨਾਂ ਦੇ ਬੱਚੇ ਕੱਢਣ ਵਾਲੇ ਹਜੇ ਟਾਈਮ ਲੱਗੂਗਾ। ਪਰ ਅਤੇ ਛੁਰਲੀ ਆਪਣਾ ਉਹ ਬੈਠਾ, ਉਹ ਉੱਡ ਕੇ ਆਇਆ, ਉਹਦੇ ਬੈਠਾ ਆ ਰਿਹਾ ਮਾਰੀ ਜਾਂਦਾ। ਓਏ ਬਾਬਾ, ਹੁਣ ਤਾਂ ਇੱਕ ਉਹ ਜੋੜੀ ਛੱਡੀ ਆਪਾਂ ਰਸਤੇ ਵਾਲੀ, ਆਹ ਦੇ ਇਹਨਾਂ ਨੇ ਆਹ ਘੋਰਨਾ ਮੰਨ ਲਿਆ, ਅਤੇ ਇੱਕ ਆਪਣੀ ਆਹ ਵਾਲੀ ਆਹ ਵੇ ਮੋਰ ਵਾਲਾ ਕਬੂਤਰ, ਇਹ ਆਪਾਂ ਜੋੜੀ ਛੱਡਦੀ ਇੱਥੇ, ਇੱਧਰ ਜਾ ਕੋਈ ਓਏ ਇੱਧਰ ਦੀ, ਫਿਰ ਕਰ ਦਿੰਦੇ ਕੈਮਰਾ ਲੈ, ਠੀਕ ਹੈ ਜੀ। ਇੱਕ ਰੱਤੇ ਵਾਲੀ ਛੱਡਤੀ ਆ ਦੇਖੋ, ਇੱਧਰ 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 ਇੱਧਰ, ਬਾਕੀ ਆਹ ਜਿਹੜੀ ਕੱਲ੍ਹ ਛੱਡੀ ਸੀ ਥੱਲੇ ਲਿਆ ਕੇ ਹੱਡੀ ਵਾਲੀ ਸ਼ਾਹ ਖੀ ਅਤੇ ਲਾਲ ਸਰ, ਕੁਝਾਂ ਕੁਝ ਮੈਂ ਇਹਨਾਂ ਨੂੰ ਸਵੇਰੇ ਭਰ ਗਿਆ ਸੀਗਾ। ਅਤੇ ਇੱਧਰਲੇ ਖੁੱਡੇ 'ਚ ਚੱਕਦੇ ਹਾਂ ਮਿੱਟੀ ਆਪਾਂ ਥੱਲੇ ਨਾ ਰੱਖ ਦੇ, ਗੋਰੀ ਕੈਮਰਾ ਫੜੀ ਲਾ ਦੇ ਕੁੰਡਾ, ਇੱਥੋਂ ਸਿਸਟਮ ਚੱਕਦੇ ਹਾਂ ਅੰਦਰ ਚੱਲਦੇ। ਚੱਲ ਮੈਂ ਲੈ ਜਾਂਦਾ ਇੱਕ ਮਿੰਟ, ਲਓ ਜੀ ਆ ਲਿਆਂਦੀ ਮਿੱਟੀ, ਇਹ ਤੁਹਾਨੂੰ ਦੱਸਦਾ ਮੈਂ ਇੱਕ ਮਿੰਟ, ਆ ਦਰਵਾਜ਼ਾ ਬੰਦ ਕਰ, ਕੀ ਕਰਨਾ ਮਿੱਟੀ ਦਾ। ਆਏ ਆਪਾਂ ਬੰਦ ਕਰ ਦਈ ਜਾਣ, ਹੁਣ ਇਹ ਸਾਰੀ ਜਿਹੜੀ ਖੁੱਲ੍ਹੇ ਹੀ ਹੁੰਦੇ ਆ, ਅਤੇ ਬਲੈਕ ਹੀ ਤੁਹਾਨੂੰ ਦਿਖਾ ਦਿੰਦੇ ਜੀ ਸਦਿਆ ਸੀਗਾ ਤਾਂ ਉੱਚਾ ਹੀ ਹੋਣਾ। ਆਵੇ ਆਵੇ ਆ ਰਿਹਾ ਗਾਈਸ, ਆ ਜਾਂਦਾ ਆ ਜਾਂਦਾ। ਅਤੇ ਟਾਈਮ ਹੋ ਗਿਆ 11:15 ਦਾ ਹੈ ਨਾ, ਅਤੇ ਜਿਵੇਂ ਵੀ ਆਊਗਾ ਤੁਹਾਨੂੰ ਫਿਰ ਸ਼ਾਰਟ ਸ਼ਾਰਟ 'ਚ ਦਿਖਾ ਦਾਂਗੇ। ਵੈਸੇ ਹੁਣ ਤਾਂ ਕੱਲ੍ਹ ਨਾ ਥੋੜ੍ਹਾ ਜਿਹਾ ਮੈਂ ਦਿਖਾ ਦੇਣਾ ਸੀ ਵੀਡੀਓ 'ਚ ਵੀ ਕਦੋਂ ਆਇਆ, ਕੱਲ੍ਹ ਹੀ ਆਇਆ 11:30, ਛੱਡਿਆ ਸੀ 7:30, ਉਹ ਮੈਨੂੰ ਥੋੜ੍ਹਾ ਜਿਹਾ ਕੰਮ ਪੈ ਗਿਆ, ਫਿਰ ਵਲੋਗ ਨਾ ਉਵੇਂ ਅਪਲੋਡ ਕਰਤਾ, ਦੁਬਾਰਾ ਹੋਰ ਬਣਾਇਆ ਨਹੀਂ ਗਿਆ। ਲੈ ਹੁਣ ਲੈ ਕੇ ਚੱਲਦੇ ਇਹਨੂੰ ਮਿੱਟੀ ਨੂੰ ਥੱਲੇ ਛੱਡਦੇ ਉੱਥੇ ਉਹ 'ਚ ਡੋਲੀ 'ਚ, ਅਤੇ ਨਾਲੇ ਇਹਨਾਂ ਨੂੰ ਲੈ ਕੇ ਚੱਲਦੇ ਹਾਂ। ਅਤੇ ਬਾਕੀ ਆਪਾਂ ਛਤਰੀ ਲਾਈ ਹੋਈ ਆ, ਬਲੈਕ ਹੀ ਆਜੂਗਾ, ਛਤਰੀ ਧੁੱਪ ਜ਼ਿਆਦਾ ਹੋ ਗਈ ਹੈ ਨਾ, ਯੈਸ ਯੈਸ, ਛਤਰੀ 'ਤੇ ਬਿਠਾ ਕੇ ਆਪਾਂ ਮੈਂ ਲੈ ਆਉਂਦਾ, ਇਹ 'ਤੇ ਬਿਠਾ ਕੇ ਮੈਂ ਲੈ ਜਾਂਦਾ ਹੁਣ ਥੱਲੇ, ਆ ਦੇਖੋ
ਆਹ ਕਰਤਾਰੀ, ਆਹ ਗਲਜਾਰ ਅਤੇ ਆਹ ਬੂੰਦੀ, ਇੱਕ ਗੁਰਦੇਵ ਅਤੇ ਬਲੈਕ ਕਿਆ ਹੋ ਰਿਹਾ ਅਤੇ ਤੁਹਾਨੂੰ ਕਰਤਾਰਾ ਦਿਖਾਉਂਦਾ ਮੈਂ ਕਿੱਥੇ ਆ ਉਹ ਜਾਂਦਾ, ਇਹ ਹੈਗਾ ਬਲੈਕ ਗਿਆ ਅਤੇ ਪਾਲੇ ਦਾ ਮੁੰਡਾ ਵੀ ਦਿਖਾਵਾਂਗੇ ਤੁਹਾਨੂੰ ਇੱਥੇ ਕਿਤੇ ਹੋਣਾ ਥੱਲੇ ਚਲ ਗਏ। ਚਲੋ ਜੀ ਚੱਲ ਕੈਮਰਾ ਮੈਨ ਥੱਲੇ ਚੱਲ, ਚਲੋ ਗਾਇਸ ਥੱਲੇ ਚੱਲ ਕੇ ਮਿਲਦੇ ਹਾਂ ਕਰਤ ਮੰਨ। ਲਓ ਜੀ ਬਾਈ ਆ ਗਿਆ ਥੱਲੇ ਲੈ ਕੇ ਬੱਚਿਆਂ ਨੂੰ ਅਤੇ ਉਹ ਪੈ ਇਹਨਾਂ ਦਾ ਜਾਲ ਹੋ ਰਿਹਾ ਚਾਲ ਜਾਣ ਦੇਣੇ ਮੇਰੇ ਦਿੱਤੇ ਆ, ਜੇ ਕਿਸੇ ਨੂੰ ਲੋੜ ਹੋਈ ਪਾਣੀ ਪੂਣੀ ਉਹ ਦੇ ਦਾਂਗੇ ਆਪਾਂ, ਉਹਨਾਂ ਟਾਈਮ ਇਹਨਾਂ ਨੂੰ ਇੱਥੇ ਬਿਠਾ ਦਾ ਬਿੱਲੀ ਨਹੀਂ ਡਰ ਹੈਗਾ, ਬਿੱਲੀ ਦਾ ਬੜਾ ਰਿਸਕ ਆ ਆੜ ਹੀ ਜਾਂਦਾ। ਚਲ ਆਇਆ ਉਹ ਮਿੱਟੀ ਪਾ ਦੇ, ਚਲੋ ਗਾਈਸ ਮਿੱਟੀ ਪਾਉਂਦੇ ਹਾਂਜੀ ਚੱਕ ਕੇ ਲੈ ਜਾਵੇ ਅਤੇ ਗਾਈਸ ਆਹ ਭਾਈ ਮਿੱਟੀ ਮਿੱਟੀ ਆਪਾਂ ਉੱਤੋਂ ਲੈ ਜਾਂਦੀ ਆ ਅਤੇ ਆਪਾਂ ਉਹ 'ਚ ਉਹਦੇ ਲਈ ਯੂਜ਼ ਕਰਨੀ ਆ, ਪਾਣੀ ਸ਼ਾਇਦ ਕੁੰਡੇ 'ਚ ਪਾਉਣੀ ਖਾਣੀ ਅਤੇ ਲਓ ਜੀ ਮਿੱਟੀ ਕਰ ਲੱਗੇ ਆਪਾਂ ਕੁੰਡੇ 'ਚ ਸ਼ੈਫਟ ਅਤੇ ਬਾਕੀ ਦੇਖੋ ਆਹ ਬੱਚੇ ਦੀ ਕੱਲ੍ਹ ਗੱਲ ਕਰਦੇ ਸੀਗੇ ਇੱਕ ਉਹ ਪਰੇ ਪਿਆ ਵਾ ਉਹ ਆਂਡਾ ਆਂਡੇ 'ਚ ਨਿਕਲਿਆ ਇਹਨਾਂ ਥੋੜ੍ਹੀ ਥੋੜ੍ਹੀ ਇੱਥੇ ਹਿਲਾ ਖਿਲਾਰਦੇ ਹਾਂ ਮੈਂ ਤੁਹਾਨੂੰ ਦੱਸਦਾ ਆਹ ਜੋੜੀ ਆਪਾਂ ਥੱਲੇ ਛੱਡਾਂਗੇ ਫਿਰ ਪਰ ਉਹ ਸਿਰ ਮੁੰਡਾ ਉੱਥੇ ਦਾ ਲੋਕ ਲੱਗਣਾ ਅੱਗੇ ਬਿੱਲਾ ਆ ਗਿਆ ਸੀਗਾ ਧਿਆਨ ਰੱਖਣਾ ਗੁਰੀ ਅਤੇ ਬਿੱਲਾ ਕੜ ਕੜ ਦੂਧਾ ਕਰ ਦੇਣਾ ਸੀ ਗਾਈਸ ਬਚ ਗਿਆ ਪਾ ਦੇ ਗਿਆ ਪਾ ਦੇ ਜਾਂ ਵੇਖ ਕੇ ਧਿਆਨ ਮਾਰਿਆ ਇਹਨਾਂ ਦਾ ਬੱਚਾ ਆਹ ਦੇਖੋ ਤੂੰ ਨਹੀਂ ਲੱਗ ਗਈ ਇਹਦੇ ਲੱਗ ਦਿੰਦੇ ਮਾੜੀ ਮਾੜੀ ਵਧੀਆ ਹੁੰਦਾ ਨਾ ਹਾਂਜੀ ਆਹ ਦੇਖੋ ਮੈਂ ਨਾਲੇ ਠੱਲ ਪਾ ਦਈ ਇਹਦੇ ਸਵੇਰੇ ਇਹਦੇ ਆਹ ਦੇਖ ਚੈੱਕ ਕਰੋ ਜੀ ਇਹਨੂੰ ਆਪਾਂ ਰੱਖ ਦੇਣੀ ਇੱਥੇ ਕੁੰਡੇ 'ਚ ਅਤੇ ਮਿੱਟੀ ਕਰਤੀ ਥੱਲੇ ਸ਼ਿਫਟ ਆਪਾਂ ਹਾਂ ਹੁਣ ਕਰਦੇ ਹਾਂ ਜੋੜੀਆਂ ਪਹਿਲਾਂ ਤਾਂ ਕਬੂਤਰੀ ਮੈਂ ਕਿਹਾ ਧੋਤੇ ਸੀ ਪੈਰ ਧੋ ਕੇ ਇੱਥੇ ਆਹ ਖੁੰਜ ਜਿਹੇ ਛੱਡੇ ਸੀ ਖਾਣੇ 'ਚ ਅਤੇ ਪਰ ਫਿਰ ਵੀ ਆਹ ਦੇਖ ਲਓ ਗੰਦਾ ਹੋ ਗਿਆ ਹੈ ਨਾ ਮਿੱਟੀ ਤੋਂ ਬਗੈਰ ਨਹੀਂ ਗੱਲ ਬਣਦੀ ਬਾਕੀ ਜਾਲੀ ਦੇ ਥੱਲੇ ਨਹੀਂ ਨਾ ਬਿਠਾਉਣਾ ਕਹਿੰਦਾ ਜਾਲੀ ਨਹੀਂ ਲੱਗੀ ਵੀ ਥੱਲੇ ਵਾਲੇ ਪਾਸੇ ਜੇ ਛਤਰੀ ਬਿਠਾ ਕੇ ਅੰਦਰ ਹੀ ਚੱਕ ਲਿਆ ਬੱਚੇ ਲੈ ਜਾ ਕੈਮਰਾ ਵੈਸੇ ਨੂੰ ਅੰਦਰ ਹੀ ਜਾਇਆ ਜਾਂਦੇ ਬਾਹਰ ਰੈਸਕੀ ਆ ਬਿੱਲੀ ਦਾ ਕੋਈ ਪਤਾ ਨਹੀਂ ਅਤੇ ਬਾਕੀ ਧੁੱਪ ਬਹੁਤ ਜ਼ਿਆਦਾ ਹੀ ਚਲੋ ਅੰਦਰ ਜਾਂਦੇ ਇਹਨਾਂ ਨੂੰ ਚੱਲਦੇ ਲੈ ਕੇ ਅੰਦਰ ਆਪਾਂ ਲਓ ਜੀ ਪਹੁੰਚ ਚੁੱਕੇ ਆਪਾਂ ਲਓ ਜੀ ਕਰਤਾ ਸੈਟਅਪ ਆਪੇ ਕਬੂਤਰੀ ਬਹਿ ਜੂਗੀ ਕਿਉਂਕਿ ਆਪਾਂ ਕਿਹੜਾ ਕੋਈ ਹੋਰ ਟਿਕਾਣਾ ਬਦਲਿਆ ਇਹਨਾਂ ਦਾ ਆਹ ਦੇਖ ਲਓ ਆਹ ਇੱਥੇ ਬੱਚਾ ਛੱਡਤਾ ਚਕੂੰਡਾ ਰੱਖ ਕੇ ਇੱਧਰ ਨਾਲੇ ਤਾਂ ਬੱਚਾ ਨਹੀਂ ਗੰਦਾ ਹੁੰਦਾ ਹੈ ਨਾ ਅਤੇ ਇਹਨੂੰ ਆਪਾਂ ਇਹਨਾਂ ਤੋਂ ਵੱਡਾ ਕਰਾਵਾਂਗੇ ਆਪਾਂ ਨਹੀਂ ਇਹਨੂੰ ਛੇਤੀ ਨਹੀਂ ਚੱਕਦੇ ਇਹਨੂੰ ਅਤੇ ਇੱਧਰ ਆ ਕਬੂਤਰੀ ਨੇ ਆਂਡੇ ਧਰ ਲਏ ਆ ਅਤੇ ਇਹਨਾਂ ਨੂੰ ਵੀ ਆਪਦੇ ਹਾਲ 'ਤੇ ਛੱਡ ਦਿੰਦੇ ਆਪਾਂ ਬਾਹਲਾ ਤੰਗ ਨਹੀਂ ਕਰਦੇ ਅਤੇ ਆਹ ਦੇਖੋ ਥੱਲੇ ਉੱਤਰ ਕੇ ਬਹਿ ਗਏ ਸਾਰੇ ਛਤਰੀ ਤੋਂ
ਆਹ ਹੁਣ ਖੁੱਲ੍ਹਾ ਹੀ ਰਹਿੰਦੇ ਨੇ, ਘੋਰਨੇ ਨੂੰ ਹਵਾ ਲੱਗਦੀ ਰਹੂਗੀ, ਅਤੇ ਚੋਂ ਕਚਰਾ ਜਿਹਾ ਥੋੜ੍ਹਾ ਸਫਾਈ ਕਰਕੇ ਪਾ ਦਿੰਦੇ ਹਾਂ। ਲਓ ਜੀ ਹੁਣ ਕਰਦੇ ਇੱਥੋਂ ਸਫਾਈ, ਅਤੇ ਲੰਡੇ ਹੁਣਾਂ ਨੂੰ ਅਤੇ ਬੱਚਿਆਂ ਵਾਲੇ ਪਿੰਜਰਾ ਲੈ ਕੇ ਆਉਂਦੇ ਇੱਥੇ ਅੰਦਰ, ਫਿਰ ਤੁਹਾਨੂੰ ਮਿਲਦੇ ਹਾਂ ਨਾਲੇ ਫਿਰ ਬਲੈਕੀਆ ਦਿਖਾਉਂਦੇ ਹਾਂ। ਆਹ ਡੈਕਦਾ ਫਿਰਦਾ ਬਲੈਕੀਆ, ਟਾਈਮ ਹੋ ਗਿਆ 12:45 ਦਾ, ਉਹ ਜਾਂਦਾ ਫਿਰ ਚੜ੍ਹਦਾ ਲੱਗਦਾ ਹਜੇ ਨਹੀਂ ਬਹਿੰਦਾ। ਉਹ ਆ ਗਿਆ ਆ ਗਿਆ ਆ ਗਿਆ ਆ ਦੇ ਆ ਗਿਆ ਲਓ ਜੀ ਉਹ ਆ ਕੇ ਬਹਿ ਗਿਆ, ਟਾਈਮ ਤੁਹਾਨੂੰ ਦਿਖਾ ਦਿੰਦੇ ਬਲੈਕੀਆ ਹੁਣੇ ਬੈਠਾ, ਜਦੋਂ ਮੈਂ ਵੀਡੀਓ ਸ਼ੁਰੂ ਕੀਤੀ ਉਦੋਂ ਡਿੱਗ ਪਿਆ। ਟਾਈਮ ਹੋ ਚੁੱਕਿਆ 11:53 ਛਾਵੇਂ ਕਰਕੇ ਆ ਗਏ। ਅਤੇ ਆ ਲਓ ਜੀ ਇਹਨੂੰ ਹਲਾ ਕੇ ਆਉਂਦੇ ਚੱਲਦੇ ਹਾਂ ਉੱਪਰ। ਲਓ ਜੀ ਲਾਉਂਦੇ ਇਹਨੂੰ, ਗੋਰੀ ਆਉਂਦਾ ਉਹਦੇ ਦਾਣੇ ਲੈਣ ਗਿਆ, ਦੂਜੇ ਕੂਤਰ ਨੂੰ ਆਪਾਂ ਟਰੇ ਰੱਖ ਦਿੰਦੇ ਫਿਰ ਬਾਹਰ ਨਹੀਂ ਆਉਂਦੇ ਹੈ ਨਾ। ਅਤੇ ਕੁੱਜੀ ਦਾ ਮੂੰਹ ਤਾਂ ਪਾਣੀ ਦਾ ਪੂਰਾ ਪੂਰਾ ਹੀ ਉੱਕੇ ਆ, ਉਹ ਦਾਣੇ ਦੂਣੇ ਦੇ ਦਿਆ ਕਰੋ ਇਹਨੂੰ। ਆ ਵੀ ਇੱਧਰ ਬਹਿ ਗਿਆ ਕਿ ਕੂਤਰਾ ਦੇ, ਇਹ ਕਿਵੇਂ ਕੰਬੀ ਜੇ ਜਾਂਦਾ ਕਿਉਂ ਵਾਈਬ੍ਰੇਟ ਜੇ ਕਰਦਾ। ਅਤੇ ਓਕੇ ਰਿਪੋਰਟਾਂ ਲਿਆ ਵੀ ਦਾਣੇ ਟਰੇ 'ਚ ਪਾ ਦੇ, ਬਾਰੀ ਭੇੜ ਥੋੜ੍ਹੀ ਕਰ ਆਹ ਕਰ ਬਾਰੀ ਭੇੜ ਦੇ। ਹਾਂ ਇਹ 'ਚ ਤਾੜਨਾ, ਬਾਅਦ 'ਚ ਉੱਧਰਲੇ ਗੁੱਡੇ 'ਚ ਕਰਾਂਗੇ ਨਾ ਹੌਲੀ ਹੌਲੀ ਲਿਖੋਲ ਦੇ। ਲਓ ਜੀ ਖੁੱਲ੍ਹਾ ਰਹਿੰਦੇ ਹੁਣ ਤਾਂ ਖੁੱਲ੍ਹਾ ਰਹਿੰਦੇ ਕੋਈ ਪਤਾ ਨਹੀਂ, ਥੋੜ੍ਹਾ ਹੀ ਰੱਖੋ ਥੋੜ੍ਹਾ ਥੋੜ੍ਹਾ ਹਾਲੇ ਕੈਮਰਾ ਫੜ ਦਿੰਦਾ ਮੈਂ ਇੱਥੇ ਖੜ੍ਹਦਾ। ਲਓ ਜੀ ਬਲੈਕ ਆ ਗਿਆ, ਹੁਣ ਲੜ ਗਿਆ ਆਪਾਂ, ਧੁੱਪ ਬਹੁਤ ਹੋ ਚੁੱਕੀ ਆ। ਟਾਈਮ ਤੁਹਾਨੂੰ ਦੱਸਿਆ ਸੀ 11:53 54 ਇੰਨੇ ਕੁ ਹੋ ਗਿਆ, 12:00 ਦਾ ਟਾਈਮ ਹੋ ਚੁੱਕਿਆ। ਲਓ ਜੀ ਅਤੇ ਬਾਕੀ ਧੁੱਪ ਬਹੁਤ ਜ਼ਿਆਦਾ ਵਾ, ਕਬੂਤਰ ਨੂੰ ਦਾਣੇ ਦੂਣੇ ਪਾ ਦੇ, ਸਾਰਾ A to Z ਕੰਮ ਨਿਬੇੜਤਾ ਵਾ, ਥੱਲੇ ਵੀ ਜਿਹੜੀ ਮਿੱਟੀ ਚੇਂਜ ਕਰਨੀ ਸੀ ਕਰਤੀ, ਸਫਾਈ ਵੀ ਕਰਤੀ ਮੌਂਟੀ ਦੀ, ਅਤੇ ਬਲੈਕੀਆ ਵੀ ਖਾ ਲੂਗਾ ਵੇ, ਲੈ ਮੂੰਹ ਮਾਂ ਜਮੇ ਨਹੀਂ ਕਰਦਾ ਤੁਹਾਡੇ ਸਾਹਮਣੇ, ਆ ਦੇਖੋ ਥੱਲੇ ਬੈਠਾ ਥੱਲੇ ਉਹ ਬੈਠਾ ਥੱਲੇ ਖਾ ਲਿਆ ਤੁਹਾਨੂੰ ਰਾਸ਼ਨ ਪਾਣੀ ਓਕੇ ਰਿਪੋਰਟਾਂ। ਅਤੇ ਬਾਕੀ ਇਹ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਨੇ, ਜਿਹੜੀ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਲਓ ਲਾਈਕ, ਕਮੈਂਟ ਕਰਕੇ ਜ਼ਰੂਰ ਸੋ ਵੀਡੀਓ ਕਿੱਦਾਂ ਲੱਗੀ। ਅਤੇ ਕੱਲ੍ਹ ਤੋਂ ਤੁਹਾਨੂੰ ਸ਼ੋਰਲੀ ਵੀ ਦਿਖਾਇਆ ਕਰਾਂ ਕਿੰਨਾ ਟਾਈਮ ਕਰਦਾ, ਠੀਕ ਆ, ਕਿਉਂਕਿ 4-5 ਦਿਨ ਪਹਿਲਾਂ ਉਹਨੂੰ ਉਡਾਇਆ ਸੀਗਾ ਅਤੇ ਉਹ ਅੱਜ 2 ਘੰਟੇ ਉੱਡਿਆ, ਕੱਲ੍ਹ ਤਾਂ ਉਹ ਇੱਥੇ ਜਾਂ ਕੋਠੀ ਜੀ 'ਤੇ ਬਹਿਣ ਲੱਗ ਗਿਆ ਸੀਗਾ, ਫਿਰ ਮੈਂ ਹਿਲਾ ਕੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਇਆ ਵੀ ਬਿਠਾ ਲਿਆ ਸੀ, ਅਤੇ ਅੱਜ ਮੈਂ ਜਮਾਨੀ ਛੱਤਰੀ ਛੁੱਤਰੀ ਹਿਲਾਈ ਆਪ ਹੀ ਆ ਗਿਆ 2 ਘੰਟੇ, ਅਤੇ ਦੁਬਾਰਾ ਦਿਖਾਵਾਂਗੇ ਤੁਹਾਨੂੰ ਕੱਲ੍ਹ ਨੂੰ। ਬਾਏ ਮਿੱਤਰੋ।